ਸਾਤਨ ਨਾਲ ਕਰਾਂਗਾ ਕਿ ਕੱਲ ਜੁਮੇ ਦੇ ਦਿਨ ਅਸੀਂ ਪੂਰੇ ਪਾਕਿਸਤਾਨ ਵਿੱਚ ਔਰ ਸਾਡੇ ਕੋਲ ਪੰਜਾਬ ਦੇ ਅੰਦਰ ਯੋਮੇ ਇਤਜਾਜ ਹੈ ਮਹਿੰਗਾਈ ਦੇ ਖਿਲਾਫ ਲਾ ਕਾਨੂੰਨੀਅਤ ਦੇ ਖਿਲਾਫ ਤੇ ਮੈਂ ਤਮਾਮ ਆਪਣੇ ਕਾਰਕੁਨਾਨ ਜਿਆਲਿਆਂ ਨੂੰ ਅਹੁਦੇਦਾਰਾਂ ਨੂੰ ਗੁਜ਼ਾਰਿਸ਼ ਕਰਨਾ ਕਿ ਕੱਲ ਹਰ ਪ੍ਰੈਸ ਕਲੱਬ ਦੇ ਬਾਹਰ ਹਰ ਡਿਸਟ੍ਰਿਕਟ ਹੈੱਡਕੁਆਟਰ ਤੇ ਪ੍ਰੈਸ ਕਲੱਬ ਦੇ ਬਾਹਰ ਇਤਜਾਜੀ ਰੈਲੀਆਂ ਔਰ ਇਤਜਾਜ ਔਰ ਇਤਜਾਜੀ ਕੈਂਪ ਮੁਨਕਿਦ ਹੋਣਗੇ ਕਿਉਂਕਿ ਇਸ ਹਕੂਮਤ ਨੇ ਮਹਿੰਗਾਈ ਤੇ ਕੀਤੀ ਇਸ ਤੇ ਕੋਈ ਦੋ ਰਾਏ ਨਹੀਂ ਕਿ ਇੱਕ ਆਮ ਆਦਮੀ ਮਹਿੰਗਾਈ ਦੀ ਚੱਕੀ 'ਚ ਪਿਸ ਕੇ ਰਹਿ ਗਿਆ ਲੇਕਿਨ ਅਲਮੀਆ ਇਹ ਵੇ ਕਿ ਉਹਨਾਂ ਦੇ ਸਪੋਕਸ ਪਰਸਨ ਇਹਦੇ ਉੱਤੇ ਜਸਟੀਫਿਕੇਸ਼ਨ ਕੀ ਦੇ ਰਹੇ ਹੁੰਦੇ ਨੇ ਕਿ ਅਗਰ ਡਾਲਰ ਮਹਿੰਗਾ ਹੋ ਗਿਆ ਇੱਕ ਸਾਹਿਬ ਮਰਕਜ਼ੀ ਹਕੂਮਤ ਦੇ ਬੜੇ ਜ਼ਿੰਮੇਦਾਰ ਔਰ ਬੜੇ ਸਪੋਕਸ ਪਰਸਨ ਇਮਰਾਨ ਖਾਨ ਸਾਹਿਬ ਦੇ ਕਰੀਬੀ ਸਾਥੀ ਉਹਨਾਂ ਨੇ ਫਰਮਾਇਆ ਕਿ ਅਗਰ ਡਾਲਰ ਮਹਿੰਗਾ ਹੁੰਦਾ ਤਾਂ ਕਿਹਨੂੰ ਨੁਕਸਾਨ ਹੈ ਡਾਲਰ ਇਸਤੇਮਾਲ ਕੌਣ ਕਰਦਾ ਉਹ ਜੀ ਅਮੀਰ ਆਦਮੀ ਕਰਦਾ ਅਤੇ ਅਮੀਰ ਆਦਮੀ ਇਸਤੇਮਾਲ ਦੀ ਚੀਜ਼ ਮਹਿੰਗੀ ਹੋਈ ਹੈ ਨਾ ਗਰੀਬ ਨੂੰ ਕੀ ਫਰਕ ਪਾਉਂਦਾ ਗਰੀਬ ਇਸਤੇਮਾਲ ਕਰਦਾ ਰੁਪਿਆ ਰੁਪਿਆ ਤਾਂ ਅਸੀਂ ਦਿਨ ਬ ਦਿਨ ਸਸਤਾ ਕਰਦੇ ਜਾ ਰਹੇ ਹਾਂ ਮਤਲਬ ਇਹ ਕਿ ਰੁਪਏ ਨੂੰ ਡਿਵੈਲਿਊ ਕਰਨ ਨੂੰ ਵੀ ਉਹ ਮਜ਼ਾਕ ਔਰ ਤਨਜ਼ ਵਿੱਚ ਲੈ ਰਹੇ ਨੇ ਇਹ ਹਕੂਮਤ ਉਹ ਸਾਡੇ ਖੱਤਰੀ ਸਨ ਅਤੇ ਉਹਨਾਂ ਦਾ ਮੁਲਾਜ਼ਮ ਉਹਨਾਂ ਦੇ ਕੋਲ ਆਇਆ ਅਤੇ ਉਹਨਾਂ ਨੂੰ ਆਖਦਾ ਬਈ ਪੰਡਿਤ ਜੀ ਮਹਿੰਗਾਈ ਬਹੁਤ ਹੋ ਗਈ ਹੈ ਮੇਰਾ ਮਹੀਨਾ ਵਧਾਓ ਉਹਨਾਂ ਕਿਹਾ ਜਾ ਬੱਚਾ ਤੇਰਾ ਮਹੀਨਾ 35 ਦਿਨਾਂ ਦਾ ਸਾਡੀ ਹਕੂਮਤ